ਜਗਤੇ ਦਰਜਾ ਮਾਂ ਦਾ ਸਭ ਤੋਂ ਉੱਚਾ ਸਾਨੀ ਮਾਂ ਦਾ ਵਿੱਚ ਸੰਸਾਰ ਕੋਈ ਨਹੀਂ ਦਰਦੀ ਕੋਈ ਨਹੀਂ ਜਗਤੇ ਮਾਂ ਵਰਗਾ ਤੇ ਮਾਂ ਵਾਂਗੂ ਕਰਦਾ ਪਿਆਰ ਕੋਈ ਨਹੀਂ ਪੁੱਤ ਕਪੁੱਤ ਹੋਵੇ ਜਾਂ ਧੀ ਹੋਵੇ ਮਾੜੀ ਮਾਂ ਹਮੇਸ਼ਾ ਪਰਦੇ ਕੱਜਦੀ ਹੈ ਪੁੱਤ ਗੱਲ ਕਰੇ ਨਾ ਮਾਂ ਵੱਲ ਦੀ ਪਰ ਮਾਂ ਹਮੇਸ਼ਾ ਸਿਫਤਾਂ ਕਰ ਕਰ ਨਾ ਰੱਜਦੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਮੈਂ ਹਾਂ ਮਨਦੀਪ ਕੌਰ ਸੰਧੂ ਮਾਂ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਮਾਂ ਸਾਡੇ ਵਿਹੜੇ ਦੀ ਸ਼ਾਨ ਹੁੰਦੀ ਹੈ ਬਿਨਾਂ ਕਿਸੇ ਮਤਲਬ ਦੇ ਮਾਂ ਸਾਡੀਆਂ ਸਾਰੀਆਂ ਜਿਹੜੀਆਂ ਰੀਝਾਂ ਆ ਉਹ ਪੂਰੀਆਂ ਕਰਦੀ ਹੈ ਅੱਜ ਮਾਂ ਦਿਵਸ 'ਤੇ ਅੱਜ ਸਾਰੀਆਂ ਤਮਾਮ ਮਾਵਾਂ ਨੂੰ ਸਾਡੇ ਵੱਲੋਂ ਸਜਦਾ ਹੈ ਸਾਡੇ ਪੰਜਾਬੀ ਕਲਾਕਾਰਾਂ ਨੇ ਵੀ ਕੁਛ ਇਸ ਅੰਦਾਜ਼ ਦੇ ਵਿੱਚ ਆਪਣੀ ਮਾਂ ਦੇ ਨਾਲ ਪਿਆਰ ਨੂੰ ਜ਼ਾਹਿਰ ਕੀਤਾ ਹੈ ਪਿਛਲੇ ਸਮੇਂ 'ਚ ਝਾਤ ਮਾਰ ਲੈ ਗੱਲ ਗੁਰਵਿੰਦਰਾ ਪੱਕੀ ਹੋ ਜਿਸ ਘਰ ਧੀਆਂ ਜ਼ਿਆਦਾ ਜੰਮੀਆਂ ਉਸ ਘਰ ਕਰੀ ਤਰੱਕੀ ਧੀਆਂ ਵਰਗਾ ਦਾਨ ਕੋਈ ਐਵੇਂ ਦੁਨੀਆਂ ਜਾਂਦੀ ਰੋਈ ਧੀ ਨਾ ਮਾਰ ਮੁਕਾ ਲਈ ਓਏ ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ ਪੈਸਾ ਫੇਰ ਕਮਾ ਲਈ ਓਏ ਉਹ ਸੱਜਣਾ ਸਦਾ ਨਹੀਂ ਰਹਿਣੇ ਮਾਪੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਮਾਂ ਦਿਵਸ ਦੀਆਂ ਯਾਨੀ ਮਦਰਸ ਡੇ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਸਭ ਦੀਆਂ ਮਾਵਾਂ ਸਲਾਮਤ ਰੱਖੇ ਔਰ ਆਪਣਾ ਫਰਜ਼ ਬਣਦਾ ਕਿ ਆਪਾਂ ਵੀ ਆਪਣੇ ਮਾਂ ਬਾਪ ਦਾ ਬਹੁਤ ਬਹੁਤ ਖਿਆਲ ਰੱਖੀਏ ਆਪਣਾ ਖਿਆਲ ਰੱਖੋ ਆਪਣੇ ਬਜ਼ੁਰਗਾਂ ਦਾ ਆਪਣੇ ਵੱਡਿਆਂ ਦਾ ਖਿਆਲ ਰੱਖਣਾ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ ਦੁਨੀਆਂ ਵਿੱਚ ਨਹੀਂ ਇਸਦਾ ਬਾਜ਼ਾਰ ਹੁੰਦਾ ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ ਹਰ ਰਿਸ਼ਤਾ ਨਹੀਂ ਇੰਨਾ ਵਫ਼ਾਦਾਰ ਹੁੰਦਾ ਸੋ ਮਾਂ ਦਾ ਰਿਸ਼ਤਾ ਇੰਨਾ ਕੁ ਪਵਿੱਤਰ ਔਰ ਇਮਾਨਦਾਰ ਹੁੰਦਾ ਜੋ ਆਪਣੇ ਬੱਚੇ ਲਈ ਹਮੇਸ਼ਾ ਹਮੇਸ਼ਾ ਸੁੱਖ ਔਰ ਉਹਦੇ ਲਈ ਹਮੇਸ਼ਾ ਅਰਦਾਸ ਕਰਦੀ ਹੈ ਸੋ ਮਾਵਾਂ ਨੂੰ ਜਿੰਨੀਆਂ ਵੀ ਇਸ ਦੁਨੀਆਂ ਦੇ ਵਿੱਚ ਜਹਾਨ ਦੇ ਵਿੱਚ ਜਿੰਨੀਆਂ ਵੀ ਮਾਵਾਂ ਉਹਨਾਂ ਨੂੰ ਮੇਰੇ ਵੱਲੋਂ ਮਦਰਸ ਡੇ ਦੀਆਂ ਬਹੁਤ ਮੁਬਾਰਕਾਂ ਔਰ ਮੈਂ ਅਰਦਾਸ ਕਰਦੀ ਹਾਂ ਕਿ ਸਾਰੇ ਸਭ ਬੱਚਿਆਂ ਦੇ ਉੱਤੇ ਉਹਨਾਂ ਦੀ ਮਾਵਾਂ ਦਾ ਹੱਥ ਹਮੇਸ਼ਾ ਹੀ ਬਣਿਆ ਰਹੇ ਹਮੇਸ਼ਾ ਉਹ ਛਾਂ ਇੱਦਾਂ ਹੀ ਬਣੀ ਰਹੇ ਹੈਪੀ ਮਦਰਸ ਡੇ ਆਪਾਂ ਵਾਧਾ ਘਾਟਾ ਕਰ ਲਾਂਗੇ ਮੇਰੇ ਵਾਲੀ ਚੋਂ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਆਰ ਨੇ ਸੋ ਕੱਲ੍ਹ ਨੂੰ ਮਦਰਸ ਡੇ ਦੀਆਂ ਲੱਖ ਲੱਖ ਮੁਬਾਰਕਾਂ ਸਾਰਿਆਂ ਨੂੰ ਸੋ ਦੁਨੀਆਂ ਦੀਆਂ ਜਿੰਨੀਆਂ ਵੀ ਮਾਵਾਂ ਨੇ ਮੇਰੇ ਵੱਲੋਂ ਸਭ ਨੂੰ ਨਮਸਕਾਰ ਪੈਰੀ ਪ੍ਰਣਾਮ ਸੋ ਪੰਜਾਬੀ ਇੰਡਸਟਰੀ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਡੇਲੀ ਪੋਸਟ ਪੰਜਾਬੀ ਬਾਬਾ ਤੁਹਾਨੂੰ ਸਭ ਨੂੰ ਖੁਸ਼ ਰੱਖਿਆ ਥੈਂਕ ਯੂ ਮਾਏ ਨੀ ਮਾਏ ਤੈਨੂੰ ਮੇਰੀ ਉਮਰ ਲੱਗ ਜਾਏ ਮਾਏ ਨੀ ਮਾਏ ਤੈਨੂੰ ਮੇਰੀ ਉਮਰ ਲੱਗ ਜਾਏ ਤੂੰ ਮਾਏ ਇੱਕ ਸੁੱਚਾ ਮੋਤੀ ਤੇਰੇ ਤੁਰੋ ਪਵਿੱਤਰ ਸਾਏ ਮਾਏ ਨੀ ਮਾਏ ਤੈਨੂੰ ਮੇਰੀ ਉਮਰ ਲੱਗ ਜਾਏ ਹੋ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਨਿਸ਼ਾ ਬਾਨੂ ਮੇਰੇ ਵੱਲੋਂ ਜੀ ਡੇਲੀ ਪੋਸਟ ਨੂੰ ਅਤੇ ਤਮਾਮ ਮਾਵਾਂ ਨੂੰ ਅਤੇ ਮੇਰੀ ਆਪਣੀ ਮਾਂ ਨੂੰ ਹੈਪੀ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਕਰੇ ਪਰਮਾਤਮਾ ਸਾਰਿਆਂ ਦੀ ਮਦਰ ਦੀ ਉਮਰ ਲੰਬੀ ਕਰੇ ਅਤੇ ਤੰਦਰੁਸਤੀਆਂ ਬਖਸ਼ੇ ਥੈਂਕ ਯੂ ਸੋ ਮੱਚ ਸੰਗ ਦਿਲ ਰਹਿਮਤਾਂ ਦੀ ਸ਼ਾਨ ਹੋ ਲੱਭਣੀ ਗਈ ਜੇ ਗਵਾਚ ਕੇਰਾਂ ਮਾਂ ਨਹੀਂ ਹੋ ਲੱਭਣੀ ਅਮੜੀ ਦੇ ਪੈਰਾਂ 'ਚ ਸਵਰਗ ਹੈ ਹੁੰਦਾ ਕਹਿੰਦੇ ਅਤੇ ਸਵਰਗਾਂ ਤੋਂ ਚੰਗੀ ਕਿਤੇ ਥਾਂ ਨਹੀਂ ਹੋ ਲੱਭਣੀ ਅਤੇ ਸਵਰਗਾਂ ਤੋਂ ਚੰਗੀ ਕਿਤੇ ਥਾਂ ਨਹੀਂ ਹੋ ਲੱਭਣੀ ਮੇਰੇ ਵੱਲੋਂ ਆਪ ਸਭ ਨੂੰ ਮਦਰਸ ਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਰਮਾਤਮਾ ਆਪ ਸਭ ਦੀਆਂ ਮਾਵਾਂ ਦੀ ਮਾਵਾਂ ਨੂੰ ਤੰਦਰੁਸਤੀਆਂ ਅਤੇ ਲੰਮੀਆਂ ਉਮਰਾਂ ਬਖਸ਼ੇ ਅਤੇ ਤੁਸੀਂ ਹਮੇਸ਼ਾ ਮਾਂ ਦੀਆਂ ਬੁੱਕਲਾਂ ਦਾ ਨਿੱਗ ਮਾਣਦੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ ਬਚਪਨ ਵਿੱਚ ਜਦ ਚੂਰੀ ਲੈਣੀ ਮਾਂ ਕੋਲੋਂ ਮਾਂ ਕਹਿੰਦੀ ਸੀ ਬਚ ਕੇ ਰਹੀ ਪੁੱਤ ਕਾਂ ਕੋਲੋਂ ਮਾਂ ਕਹਿੰਦੀ ਸੀ ਬਚ ਕੇ ਰਹੀ ਪੁੱਤ ਕਾਂ ਕੋਲੋਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਿਖਵਿੰਦਰ ਸੁਖੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਮਦਰਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਮੈਂ ਪਰਮਾਤਮਾ ਦੇ ਚਰਨ 'ਚ ਅਰਦਾਸ ਕਰਦਾ ਕਿ ਪਰਮਾਤਮਾ ਸਾਰੀਆਂ ਮਾਵਾਂ ਨੂੰ ਤੰਦਰੁਸਤੀ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਤਾਂ ਕਿ ਲੰਬੇ ਸਮੇਂ ਲਈ ਬੱਚਿਆਂ ਦੇ ਉੱਪਰ ਮਾਂ ਦਾ ਆਸ਼ੀਰਵਾਦ
ਹਮੇਸ਼ਾ ਬਣਿਆ ਰਹੇ। ਤੇ ਮੈਂ ਬੱਚਿਆਂ ਨੂੰ ਵੀ ਅਪੀਲ ਕਰਦਾ ਕਿ ਜਿੱਦਾਂ ਦਾ ਸਮਾਂ ਚੱਲ ਰਿਹਾ ਇਹਦੇ ਸਮੇਂ 'ਚ ਸਮਾਂ ਕੱਢ ਕੇ ਮਾਂ ਬਾਪ ਦੇ ਕੋਲ ਬੈਠਿਆ ਕਰੋ, ਮਾਂ ਬਾਪ ਦੀ ਕਦਰ ਕਰਿਆ ਕਰੋ ਤੇ ਉਹਨਾਂ ਦੇ ਜੋ ਸੁਪਨੇ ਉਹਨਾਂ ਨੇ ਤੁਹਾਡੇ ਲਏ ਨੇ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਿਓ। ਦੁਬਾਰਾ ਫਿਰ ਸਾਰਿਆਂ ਨੂੰ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿ ਸ੍ਰੀ ਅਕਾਲ। ਕੀ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ? ਕੀ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਹੋ? ਕੀ 6-5 ਬੈਂਡ 'ਤੇ ਤੁਹਾਡਾ ਦਾਖਲਾ ਨਹੀਂ ਹੋ ਰਿਹਾ? ਅਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨਾਲ ਰਾਬਤਾ ਕਰੋ 92563 92563 'ਤੇ ਕਾਲ ਕਰਕੇ ਆਸਟ੍ਰੇਲੀਆ ਸਟੂਡੈਂਟ ਬਾਰੇ